बलदेव सिंह द्वारा लोक नायक दुल्ला भट्टी ते लिखे उस दे नावल ढावा दिल्ली दे किंगरे नू 2011 विच साहित अकादमी इनाम मिल चुका है। बलदेव सिंह पंजाबी साहित का ध्रुवधारा है, एक बहुत बड़ा हस्ताक्षर है। इस समय उसकी सब तो वध जिहड़ी है पंजाबी जगत विच, पंजाबी साहित्यक जगत विच चर्चा हो रही है। मैं बलदेव सिंह बारे गल करन तों पहलां उन्हां दी जिंदगी दे कुछ पहलुआं ते गल करनी वाजिब समझदा। बलदेव सिंह दे जे बचपन की गल करां तां उसने पढ़ाई दे नाल नाल दुकानदारी भी कीती ਅਤੇ ਵਿਆਹਾਂ ਸ਼ਾਦੀਆਂ ਦੇ ਵਿੱਚ ਸਪੀਕਰ ਵੀ ਵਜਾਏ, ਕਿਉਂਕਿ ਰੋਟੀ ਰੋਜੀ ਦਾ ਉਸ ਸਮੇਂ ਬੜਾ ਵੱਡਾ ਮਸਲਾ ਸੀ। ਅਤੇ ਬਲਦੇਵ ਸਿੰਘ ਨੂੰ ਬਲਦੇਵ ਸਿੰਘ ਨੇ ਵੀ ਆਪਣੀ ਰੋਟੀ ਰੋਜੀ ਦੇ ਮਸਲੇ ਨੂੰ ਹੱਲ ਕਰਨ ਦੇ ਲਈ ਇਹ ਕਾਰਜ ਕੀਤੇ। ਨਾਵਲੀ ਖੇਤਰ ਵੱਲ ਬੜਾ ਕੱਟਣ ਸਮੇਂ ਪਹਿਲਾਂ ਉਸਨੇ ਇੱਕ ਛੋਟਾ ਜਿਹਾ ਨਾਵਲ ਜਿਹੜਾ ਹੈ ਉਹ ਰਚਿਆ, ਮੈਂ ਉਸਨੂੰ ਲਘੂ ਨਾਵਲ ਹੀ ਕਹਿੰਦਾ ਹੁੰਦਾ, ਦੂਸਰਾ ਹੀਰੋਸ਼ੀਮਾ। ਬਹੁਤ ਕਮਾਲ ਦੀ ਜਿਹੜੀ ਹੈਗੀ ਆ ਉਹ ਉਸ ਸਮੇਂ ਦੀ ਕਿਸਾਨੀ ਨਾਲ ਸੰਬੰਧਿਤ ਉਹ ਨਾਵਲ ਸੀ। ਉਸ ਤੋਂ ਬਾਅਦ ਬਲਦੇਵ ਸਿੰਘ ਨੇ ਪਿਛਾਂਹ ਮੁੜ ਕੇ ਦੇਖਿਆ, ਬਹੁਤ ਸਾਰੇ ਨਾਵਲ ਰਚੇ, ਪਰ ਫਿਰ ਉਸਦੀ ਇੱਕ ਹੋਰ ਨਾਵਲ ਰਚਨ ਨਾਲ ਪਹਿਚਾਣ ਬਣੀ, ਉਹ ਨਾਵਲ ਸੀ ਲਾਲ ਬੱਤੀ। ਵੇਸ ਮਾਮਾ ਨੇ ਉਹਨਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਸੀ, ਔਰ ਜਿਸ ਕਿਸਮ ਦੀ ਉਹਨਾਂ ਦੀ ਜ਼ਿੰਦਗੀ, ਮੈਂ ਕਹਿੰਦਾ ਕਿ ਜਿਸ ਕਿਸਮ ਦੀ ਕਰੂਰ ਜ਼ਿੰਦਗੀ ਜਿਹੜੀ ਹੈ ਵੇਸਮਾ ਨੇ ਜਿਹੜੀ ਜੀਵੀ ਹੈ, ਔਰ ਕਿਵੇਂ ਉਹ ਇਸ ਖੇਤਰ ਦੇ ਵੱਲ ਉਹਨਾਂ ਦਾ ਰੁੱਖ ਹੋਇਆ, ਉਹ ਰਾਜਨੀਤੀ ਵੀ ਹੈ, ਉਹ ਸਮਾਜਿਕ ਅਤੇ ਧਾਰਮਿਕ ਜਿਹੜੇ ਵਿਅਕਤੀ ਵੀ ਨੇ ਜਿਨ੍ਹਾਂ ਕਾਰਨ ਵੇਸਵਾ ਨੇ ਵੇਸਵਾਵਾਂ ਨੂੰ ਆਪਣੀ ਜਿਹੜੀ ਜ਼ਿੰਦਗੀ, ਆਪਣਾ ਜਿਹੜਾ ਸਰੀਰ ਵੇਚ ਕੇ ਜਿਹੜਾ ਹੈ ਉਹ ਰੋਟੀ ਰੋਜੀ ਕਮਾਉਣੀ ਪਈ। ਫਿਰ ਬਲਦੇਵ ਸਿੰਘ ਨੇ ਜਿਹੜਾ ਹੈ ਉਸ ਤੋਂ ਬਾਅਦ, ਠੀਕ ਹੈ ਕਿ ਹੋਰ ਵੀ ਨਾਵਲ ਰਚੇ ਹੈ, ਪਰ ਅੰਨਦਾਤਾ ਨਾਵਲ ਉਸ ਦਾ, ਇਸ 'ਤੇ ਦੋ ਭਾਗ ਨੇ, ਖਾਕੂ ਜੇੜਨਾ ਕੋਈ ਵੀ ਆਇਆ ਬਾਅਦ ਦੇ ਵਿੱਚ, ਪਰ ਜਿਹੜਾ ਅੰਨਦਾਤਾ ਨਾਵਲ ਦੇ ਨਾਲ ਬਲਦੇਵ ਦੀ ਪਹਿਚਾਣ ਬਣੀ ਹੈ ਉਹ ਬਾਕਮਾਲ ਸੀ, ਕਿਉਂਕਿ ਇਸ ਦੇ ਵਿੱਚ ਜਿਹੜੀ ਹੈਗੀ ਹੈ ਦੋ ਤਰ੍ਹਾਂ ਦੇ ਸੰਕਟਾਂ ਨੂੰ ਪੇਸ਼ ਕੀਤਾ ਗਿਆ। ਇੱਕ ਸੀਗਾ ਕਿਸਾਨੀ ਸੰਕਟ ਜੋ ਇਸ ਸਮੇਂ ਪੰਜਾਬ ਜਿਹੜਾ ਹੈਗਾ ਚੱਲ ਰਿਹਾ ਹੈ, ਹਰੇ ਇਨਕਲਾਬ ਦੇ ਕਾਰਨ ਕਿਸ ਕਿਸਮ ਦੀ ਜਿਹੜੀ ਹੈਗੀ ਹੈ ਕਿਸਾਨੀ ਸੰਕਟ ਵਿਆਪਿਆ, ਉਸ ਬਾਰੇ ਬਹੁਤ ਖੂਬਸੂਰਤ ਨਾਵਲ ਆ। ਦੂਜਾ ਕਿ ਇਕੱਲਾ ਕਿਸਾਨੀ ਸੰਕਟ ਹੀ ਨਹੀਂ ਵਿਆਪਿਆ, ਅਸੀਂ ਹੁਣ ਸੱਭਿਆਚਾਰਕ ਸੰਕਟ ਵਿੱਚੋਂ ਵੀ ਗੁਜ਼ਰ ਰਹੇ ਹਾਂ। ਬਲਦੇਵ ਸਿੰਘ ਨੇ ਉਹ ਸੱਭਿਆਚਾਰਕ ਸੰਕਟ ਨੂੰ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਜਿਹੜਾ ਹੈ ਪਕੜਿਆ, ਅਤੇ ਲੋਕਾਂ ਨੂੰ ਜਿਹੜਾ ਹੈਗਾ ਲੋਕਾਂ ਸਾਹਮਣੇ ਉਸਨੂੰ ਰੱਖਿਆ। ਇਹ ਬਲਦੇਵ ਸਿੰਘ ਦਾ ਨਾਵਲ ਜਿਹੜਾ ਹੈਗਾ ਬਹੁਤ ਜ਼ਿਆਦਾ ਚਰਚਿਤ ਹੋਇਆ, ਔਰ ਕਈ ਭਾਸ਼ਾਵਾਂ ਦੇ ਵਿੱਚ ਇਸ ਦਾ ਇਸੇ ਕਰਕੇ ਅਨੁਵਾਦ ਵੀ ਹੋ ਚੁੱਕਾ। ਫਿਰ ਉਹਨਾਂ ਨੇ ਬਾਬਾ ਜੀਵਨ ਸਿੰਘ ਬਾਰੇ ਜਿਹੜਾ ਨਾਵਲ ਪੰਜਵਾਂ ਸਾਹਿਬਜ਼ਾਦਾ ਰਚਿਆ, ਅਤੇ ਮੈਨੂੰ ਇੱਥੋਂ ਤੱਕ ਪਤਾ ਹੈ ਕਿ ਬਾਬਾ ਜੀਵਨ ਸਿੰਘ ਦੇ ਪਰਿਵਾਰ ਦੇ ਜਿਹੜੇ 35 ਮੈਂਬਰ ਜਿਹੜੇ ਹੈਗੇ ਆ ਉਹ ਸ਼ਹੀਦ ਹੋਏ ਸਨ, ਅਤੇ ਉਸ ਮਹਾਨਾਇਕ ਨੂੰ ਜਿਹੜਾ ਹੈਗਾ ਅੱਜ ਤੱਕ ਕਿਸੇ ਨੇ ਪਹਿਚਾਣਿਆ ਨਹੀਂ ਸੀ। ਇਹ ਬਲਦੇਵ ਸਿੰਘ ਨੇ TR ਵਿਨੋਦ 'ਤੇ ਕਹਿਣ ਉੱਪਰ ਜਿਹੜਾ ਹੈਗਾ ਇਸ ਨਾਵਲ ਨੂੰ ਬੜੀ ਮਿਹਨਤ ਨਾਲ ਰਚਿਆ। ਇਸੇ ਤਰ੍ਹਾਂ ਦੁੱਲਾ ਭੱਟੀ ਬਾਰੇ, ਫਿਰ ਸ਼ਹੀਦ ਭਗਤ ਸਿੰਘ ਬਾਰੇ ਵੀ ਕੋਈ, ਠੀਕ ਹੈ ਉਹਨਾਂ ਬਾਰੇ ਕਿਤਾਬਾਂ ਕਈ ਕਿਸਮ ਦੀਆਂ ਆ ਰਹੀਆਂ ਸੀ, ਪਰ ਸ਼ਹੀਦ ਭਗਤ ਸਿੰਘ ਦੀ ਜਿਹੜੀ ਵਿਚਾਰਧਾਰਾ ਸੀ ਉਸ ਨੂੰ ਕਥਾ ਦੇ ਵਿੱਚ ਜਿਹੜਾ ਹੈਗਾ ਬੁਣਨਾ ਬੜੀ ਇੱਕ ਮੁਸ਼ਕਲ ਕਾਰਜ ਸੀ। ਬਲਦੇਵ ਸਿੰਘ ਨੇ ਉਸ ਕਾਰਜ ਨੂੰ ਵੀ ਜਿਹੜਾ ਹੈ ਸਿਰੇ ਲਾਇਆ ਹੈ, ਅਤੇ ਹੁਣ ਉਸ ਦਾ ਨਾਵਲ ਜਿਹੜਾ ਅਫਲਾਤੂ ਆਇਆ ਹੈ। ਇਸ ਅਫਲਾਤੂ ਨਾਵਲ ਬੜਾ ਇਹ ਕਮਾਲ ਦਾ ਨਾਵਲ ਹੈ, ਕਿਉਂਕਿ ਜਿਹੜਾ ਅਫਲਾਤੂ ਹੈ ਇਹ ਉਹ ਵਿਅਕਤੀ ਹੈ ਜਿਹੜਾ ਕਈ ਜ਼ਿੰਦਗੀਆਂ ਜਿਉਂਦਾ ਹੈ, ਕਦੇ ਉਹ ਕੁਛ ਬਣਦਾ ਹੈ, ਕਦੇ ਕੁਛ ਬਣਦਾ ਹੈ, ਅਤੇ ਇਹ ਸਾਡੇ ਜਿਹੜੇ ਆਮ ਪਿੰਡਾਂ ਦੇ ਵਿੱਚ, ਮੈਂ ਕਹਿੰਦਾ ਸ਼ਹਿਰਾਂ ਵਿੱਚ ਵੀ ਹੈ ਇਹੋ ਜਿਹੇ ਵਿਅਕਤੀ ਤੁਹਾਨੂੰ ਜਿਹੜੇ ਹੈਗੇ ਲੱਭ ਜਾਣਗੇ। ਬਲਦੇਵ ਸਿੰਘ ਨੇ ਉਹਨਾਂ ਲੋਕਾਂ ਦੀ, ਅਜਿਹੇ ਪਾਤਰਾਂ ਦੀ ਪਹਿਚਾਣ ਕੀਤੀ ਹੈਗੀ ਹੈ ਜਿਹੜੇ ਇਸ ਕਿਸਮ ਦੇ ਜਿਹੜੇ ਹੈਗੇ ਆ ਭੱਦੇ ਤੋਂ ਭੱਦੇ ਕਾਰਜ ਕਰਕੇ ਫਿਰ ਵੀ ਉਹ ਜਿਹੜਾ ਹੈ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਅੱਗੇ ਨਿਕਲ ਜਾਂਦੇ ਨੇ। ਸੋ ਬਲਦੇਵ ਸਿੰਘ ਨੇ ਇਕੱਲੇ ਨਾਵਲ ਨਹੀਂ ਰਚੇ, ਮੈਂ ਦੱਸਣਾ ਚਾਹੁੰਦਾ ਕਿ ਉਸਨੇ ਬੜੇ ਖੂਬਸੂਰਤ ਨਾਟਕ ਵੀ ਰਚੇ ਨੇ, ਔਰ ਉਸਦੇ ਨਾਟਕ ਬੜੇ ਚਰਚਿਤ ਨੇ, ਅਤੇ ਉਸਦੇ ਨਾਟਕ ਜਿਹੜੇ ਬੜੇ ਲੰਬੇ ਅਤੇ ਵੱਡੇ ਨਾਟਕ ਵੀ ਹੈ, ਉਸਨੇ ਇਕਾਂਗੀ ਵੀ ਰਚੇ ਨੇ, ਮਤਲਬ ਛੋਟੇ ਲਘੂ ਨਾਵਲ ਨਾਟਕ ਵੀ ਰਚੇ ਨੇ, ਅਤੇ ਉਸਦੇ ਜਿਹੜੇ ਜਿਵੇਂ ਲਾਲ ਬੱਤੀ ਹੋਈ ਆ ਇਹ ਇੱਕ ਵੱਡਾ ਨਾਟਕ ਹੈਗਾ।
ਜੋ ਕੇਵਲ ਧਾਲੀਵਾਲ ਨੇ ਦੀ ਨਿਰਦੇਸ਼ਨਾ ਹੇਠ ਕਈ ਵਾਰ ਖੇਡਿਆ ਜਾ ਚੁੱਕਾ ਹੈ। ਫਿਰ ਉਸ ਨੇ ਪਰਸਾ ਉੱਤੇ ਬਹੁਤ ਕਮਾਲ ਦਾ ਪਰਸਾ ਗੁਰਦਿਆਲ ਸਿੰਘ ਦਾ ਬੜਾ ਖੂਬਸੂਰਤ ਨਾਵਲ ਹੈ, ਉਸ ਨਾਵਲ 'ਤੇ ਜਿਹੜਾ ਹੈ ਬਲਦੇਵ ਸਿੰਘ ਨੇ ਨਾਟਕ ਰਚਿਆ। ਤੀਜਾ ਜਿਹੜਾ ਹੈਗਾ ਇੱਕ ਪ੍ਰਤਾਪੀ ਰਾਮ ਸਰੂਪ ਅਣਖੀ ਦੇ ਨਾਵਲ 'ਤੇ ਬਹੁਤ ਵੱਡਾ ਜਿਹੜਾ ਉਸਨੇ ਨਾਟਕ ਰਚਿਆ ਹੈ। ਔਰ ਮੈਂ ਕਿੰਨੇ ਨਾਵਲ ਨਾਟਕ ਜਿਹੜੇ ਹੈਗੇ ਉਸ 'ਤੇ ਗਿਣਾ ਸਕਦਾ, ਖਾਸ ਕਰਕੇ ਮਿੱਟੀ ਰੁਦਨ ਕਰੇ, ਉਹ ਤਾਂ ਅਜੇ ਵੀ ਜਿਹੜਾ ਹੈਗਾ ਮੇਰਾ ਖਿਆਲ ਵੀ ਉਸ 'ਤੇ ਮੈਨੂੰ ਲੱਗਦਾ ਨਹੀਂ ਕੋਈ ਪੰਜਾਬ ਦਾ ਐਸਾ ਪਿੰਡ ਹੋਏਗਾ ਜਿਸ ਪਿੰਡ ਦੇ ਵਿੱਚ ਉਹ ਖੇਡਿਆ ਨਾ ਗਿਆ ਹੋਵੇ, ਉਹ ਨਾਟਕ ਅਜੇ ਵੀ ਉਵੇਂ ਹੀ ਖੇਡਿਆ ਜਾ ਰਿਹਾ ਹੈ। ਤੋ ਇਸ ਤਰ੍ਹਾਂ ਬਲਦੇਵ ਸਿੰਘ ਦੇ ਜਿਹੜੇ ਨਾਟਕੀ ਖੇਤਰ ਵਿੱਚ ਹੀ ਦੇਣ ਹੈਗੀ ਆ ਉਹ ਵੱਡਮੁੱਲੀ ਹੈ। ਬਲਦੇਵ ਸਿੰਘ ਦੀ ਜਿਹੜੀ ਪ੍ਰਤੱਖਣ ਸ਼ਕਤੀ ਆ, ਜਿਹੜੀ ਮਤਲਬ ਆਸੇ ਪਾਸੇ ਤੁਰਿਆ ਜਾਂਦਾ ਉਹ ਚੀਜ਼ ਨੂੰ ਵਾਸ਼ਦਾ, ਉਹ ਕਮਾਲ ਦੀ ਗੱਲ ਹੈ। ਹਰ ਬੰਦਾ ਉਸ ਅੱਖ ਨਾਲ ਨਹੀਂ ਦੇਖ ਸਕਦਾ ਜਿਸ ਅੱਖ ਦੇ ਨਾਲ ਬਲਦੇਵ ਸਿੰਘ ਆਪਣੇ ਜਿਹੜੀ ਹੈਗਾ ਉਸ ਵਰਤਾਰੇ ਨੂੰ ਉਹ ਸਮਝਣ ਦੀ ਕੋਸ਼ਿਸ਼ ਕਰਦਾ। ਇਹ ਵੱਡੀ ਗੱਲ ਹੁੰਦੀ ਹੈ, ਇਸੇ ਚੀਜ਼ ਦਾ ਇਹ ਵੱਡਾ ਲੇਖਕ ਬਣਦਾ ਹੈ। ਇਹ ਠੀਕ ਹੈ ਕਿ ਪੜ੍ਹ ਕੇ ਸਮਾਜਿਕ ਵਿਗਿਆਨਾਂ ਦਾ ਉਹਨੂੰ ਅਨੁਭਵ ਹੋਣਾ ਚਾਹੀਦਾ, ਫਿਰ ਉਹ ਵੱਡਾ ਲੇਖਕ ਬਣ ਸਕਦਾ, ਪਰ ਜੇਕਰ ਉਸ ਦੀ ਪ੍ਰਤੱਖਣ ਸ਼ਕਤੀ ਕਮਜ਼ੋਰ ਹੈਗੀ ਹੈ ਤਾਂ ਫਿਰ ਵੀ ਉਹ ਵੱਡਾ ਮੇਰੀ ਦ੍ਰਿਸ਼ਟੀ ਦੇ ਵਿੱਚ ਉਹ ਵੱਡਾ ਲੇਖਕ ਨਹੀਂ ਬਣ ਸਕਦਾ। ਪਰ ਬਲਦੇਵ ਸਿੰਘ ਜਿਹੜਾ ਹੈਗਾ ਇਸ ਦੀ ਪ੍ਰਤੱਖਣ ਸ਼ਕਤੀ ਕਮਾਲ ਹੈ। ਇੱਕ ਮੈਂ ਬਲਦੇਵ ਸਿੰਘ ਬਾਰੇ ਹੋਰ ਵੀ ਗੱਲ ਕਰ ਹੀ ਨਹੀਂ ਚਾਹੁੰਦਾ ਕਿ ਬਲਦੇਵ ਸਿੰਘ ਨੇ ਕਹਾਣੀਆਂ ਬਹੁਤ ਰਚੀਆਂ ਨੇ, ਨਾਵਲ ਬਹੁਤ ਰਚੇ ਨੇ ਉਸਨੇ, ਨਾਟਕ ਬਹੁਤ ਰਚੇ ਨੇ, ਸਫ਼ਰਨਾਮੇ ਆ, ਸੜਕਨਾਮਿਆਂ ਦੀਆਂ ਕਈ ਕਿਤਾਬਾਂ ਉਹਦੀਆਂ ਆ ਚੁੱਕੀਆਂ ਨੇ। ਪਰ ਇੱਕ ਕਮਾਲ ਦੀ ਗੱਲ ਇਹ ਹੈ ਕਿ ਉਸਨੇ ਆਪਣੇ ਜਿਹੜੇ ਵਿਸ਼ੇ ਨੇ ਉਹਨਾਂ 'ਚ ਕੋਈ ਦੁਹਰਾਓ ਨਹੀਂ ਕੀਤਾ। ਉਹਦੇ ਜਿਹੜੇ ਵਿਸ਼ੇ ਸਾਰੇ ਵਿਸ਼ੇ ਉਹ ਨਵੇਂ ਨੇ, ਨਵੇਕਲੇ ਨੇ। ਇਸੇ ਕਰਕੇ ਬਲਦੇਵ ਸਿੰਘ ਹੋਰ ਤਾਂ ਹੋਰ ਹੈ ਕਿ ਉਹਦੀ ਸ਼ੈਲੀ ਵੀ ਇੱਕ ਦੂਜੇ ਜਿਹੜੇ ਨਾਵਲ ਜਾਂ ਨਾਟਕ ਜਾਂ ਕਥਾ ਨਾਲ ਨਹੀਂ ਮਿਲਦੀ। ਇਹ ਇੱਕ ਬਹੁਤ ਮੈਂ ਕਹਿੰਦਾ ਉਹਦੇ ਕੋਲ ਸ਼ਬਦਾਂ ਦਾ ਅਜਿਹਾ ਭੰਡਾਰ ਹੈ ਔਰ ਉਹਦੇ ਕੋਲ ਅਜਿਹੀ ਸ਼ੈਲੀ ਹੈ ਕਿ ਉਹ ਜਦੋਂ ਵੀ ਕੋਈ ਚੀਜ਼ ਨੂੰ ਰਚਦਾ ਤਾਂ ਉਹ ਦੂਸਰੀ ਜਿਹੜੀ ਰਚੀ ਹੋਈ ਪਹਿਲਾਂ ਜਿਹੜੀ ਰਚੀ ਹੋਈ ਚੀਜ਼ ਆ ਉਸ ਨਾਲ ਉਸਨੂੰ ਵੱਖਰੀ ਕਰ ਦਿੰਦਾ ਉਹ। ਦੋਸਤਾਂ ਮਿੱਤਰਾਂ ਦੀ ਸੰਗਤ, ਪਰਿਵਾਰ ਦਾ ਨਿੱਘ ਅਤੇ ਮਨ ਨੂੰ ਸ਼ਾਂਤੀ ਦੇਣ ਵਾਲਾ ਸੰਗੀਤ ਬਲਦੇਵ ਨੂੰ ਅਕੇਵਾਂ ਨਹੀਂ ਹੋਣ ਦਿੰਦਾ। ਉਹ ਇਹਨਾਂ ਸਭਨਾਂ ਦਾ ਕੁਝ ਚਿਰ ਸਾਥ ਮਾਣ ਕੇ ਤਰੋ ਤਾਜ਼ਾ ਮਹਿਸੂਸ ਕਰਦਾ ਹੈ ਅਤੇ ਆਪਣੇ ਲਿਖਣ ਕਾਰਜ ਵੱਲ ਉਹ ਤੁਰਦਾ ਹੈ। ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਜਦੋਂ ਬਲਦੇਵ ਜੀ ਕਲਕੱਤੇ ਸੀ ਅਤੇ ਬਹੁਤ ਬਹੁਤ ਦੇਰ ਮੁੜਦੇ ਨਹੀਂ ਸੀਗੇ, ਟਰੱਕ 'ਤੇ ਚਲੇ ਜਾਂਦੇ ਸੀਗੇ, ਅਤੇ ਪਿੱਛੇ ਕਿਉਂਕਿ ਇੱਕ ਤਾਂ ਮਤਲਬ ਸਟੇਟ ਹੋਰ ਸੀ ਅਤੇ ਭਾਈਚਾਰਾ ਵੀ ਆਪਣਾ ਮਤਲਬ ਉਸ ਜਿਹਾ ਨਹੀਂ ਸੀ, ਜੋ ਪੰਜਾਬ ਵਰਗਾ ਨਹੀਂ ਸੀ, ਅਤੇ ਉਹ ਮਹੀਨਾ ਮਹੀਨਾ ਜੋ ਤੁਸੀਂ ਇਹਨਾਂ ਦੇ ਬਿਨਾਂ ਮਤਲਬ ਰਹਿੰਦੇ ਸੀ, ਤੁਹਾਨੂੰ ਬੱਚਿਆਂ ਨੂੰ ਰੱਖਣਾ ਪੈਂਦਾ ਸੀਗਾ, ਉਸ ਜ਼ਿੰਦਗੀ ਬਾਰੇ ਮੈਨੂੰ ਦੱਸੋ। ਪਹਿਲਾਂ ਤਾਂ ਬੇਟੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਨੂੰ ਜੀਵਨ ਸਾਥੀ ਇਹੋ ਜਿਹੇ ਮਿਲੇ ਕਿ ਮੈਂ ਕਹਿੰਦੀ ਵੀ ਹਰ ਇੱਕ ਨੂੰ ਇੱਦਾਂ ਦੇ ਬਣਨ ਕਿ ਇਹਨਾਂ ਦੇ ਕਹਾਣੀਆਂ ਨਾਲ ਪੜ੍ਹ ਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਸੀ। ਥੋੜ੍ਹੇ ਥੋੜ੍ਹੇ ਜਦੋਂ ਮੈਨੂੰ ਟਾਈਮ ਮਿਲਦਾ ਸੀ ਮੈਂ ਕਿਤਾਬਾਂ ਵੀ ਪੜ੍ਹਦੀ ਸੀ, ਉਸ ਤੋਂ ਬਾਅਦ ਮੇਰੀ ਇਹਨਾਂ ਨਾਲ ਰਲ ਕੇ ਵੀ ਥੋੜ੍ਹੀ ਥੋੜ੍ਹੀ ਜ਼ਿੰਦਗੀ ਮੇਰੀ ਵੀ ਵਧੀਆ ਬਣ ਗਈ। ਅਤੇ ਹੋਰ ਕਲਕੱਤੇ ਜਿਹੜਾ ਜਾਣ ਬਾਰੇ ਕਹਿੰਦੇ ਸੀ ਵੀ ਉਹ ਅੱਠ ਅੱਠ ਦਿਨ ਚਲੇ ਵੀ ਜਾਂਦੇ ਸੀ ਕਈ ਵਾਰੀ, ਅਤੇ ਆਉਂਦਾ ਤਾਂ ਸੀ ਮੁਸ਼ਕਲ ਬਹੁਤ ਬੱਚਿਆਂ ਨਾਲ ਇਕੱਲੀ ਨੂੰ, ਪਰ ਮੈਂ ਫਿਰ ਵੀ ਸੋਚਿਆ ਵੀ ਇਹ ਮੈਨੂੰ ਕਰਨਾ ਹੀ ਪੈਣਾ, ਨਿਭਾਉਣਾ ਹੀ ਪੈਣਾ ਜ਼ਿੰਮੇਵਾਰੀਆਂ, ਇਹ ਮਸਾਂ ਭਾਵ ਨਿਭਾਈਆਂ। ਇਹ ਹੁਣ ਵੀ ਮਤਲਬ ਬਾਹਰ ਜਾਂਦੇ ਆ ਜੀ, ਬਹੁਤ ਜ਼ਿਆਦਾ ਜਾਂਦੇ ਆ, ਇਹਨਾਂ ਕੋਲ ਵੀ ਲੇਖਕ ਆਉਂਦੇ ਆ, ਅਤੇ ਤੁਸੀਂ ਕਿਹੋ ਜਿਹਾ ਮਹਿਸੂਸ ਕਰਦੇ ਹੋ? ਮੈਨੂੰ ਕੋਈ ਐਡਾ ਨਹੀਂ ਹੈਗਾ ਵੀ ਜਾਂ ਕੋਈ ਆਉਂਦੇ ਆ ਜਾਂ ਇਹ ਬਾਹਰ ਜਾਂਦੇ ਆ, ਸਭ ਕੁਛ ਜਾਣਾ ਵੀ ਹੈ ਬਾਹਰ ਅੰਦਰ ਆਉਣਾ ਵੀ ਹੈ, ਅਤੇ ਮੈਨੂੰ ਕੋਈ ਮੁਸ਼ਕਲ ਨਹੀਂ ਹੈ। ਮੈਂ ਤਾਂ ਖੁਸ਼ ਹੁੰਦੀ ਹਾਂ ਵੀ ਠੀਕ ਹੈ ਜੋ ਆਉਂਦੇ ਆ, ਚਾਹ ਪਾਣੀ ਸਭ ਕੁਛ ਪਿਆਓ ਅਤੇ ਨਾਲ ਜਾਂਦੇ ਆ ਬਾਹਰ, ਕੋਈ ਤਕਲੀਫ ਨਹੀਂ ਹੁੰਦੀ।